ਨੇ ਸਾਨੂੰ ਵੋਟਾਂ ਪਾ ਕੇ ਜਿੱਤਿਆ ਹੈ ਤੇ ਵੋਟਾਂ ਹੁਣ ਵੀ ਪਾਉਣਗੇ ਮੈਨੂੰ ਪਤਾ, ਪਰ ਇੱਕ ਬੇਨਤੀ ਹੈ ਵੀ ਤੁਸੀਂ ਨਾ ਸਾਡੀ ਮੰਨ ਦੇ ਮੁੰਡੇ ਤੇ ਨਹੀਂ ਪਤਾ ਕਿਵੇਂ ਮੈਂ ਸਮਝਾਉਂਦਾ। ਅਸੀਂ ਉਹਨਾਂ ਨੇ ਇੱਕ ਬੇਨਤੀ ਪੱਤਰ ਦਿੱਤਾ ਸੀ, ਮੈਂ ਤਰਕਸ਼ੀਲ ਸੋਸਾਇਟੀ ਦੀ ਤਰਫੋਂ, ਅਸੀਂ ਕਿਹਾ ਸੀ ਵੀ ਅੰਧ ਵਿਸ਼ਵਾਸਾਂ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ, ਉਹਦੇ ਤੇ ਨਾ ਤਾਂ ਕੋਈ ਸਰਕਾਰ ਦਾ ਖਰਚਾ ਹੁੰਦਾ, ਠੀਕ ਹੈ। ਇਹ ਇੱਥੋਂ ਤੱਕ ਵਧੇ ਆ ਵੀ ਬੱਚਿਆਂ ਦੀ ਬੜੀ ਹੀ ਲੈ ਰਹਿੰਦੇ ਤੇ ਕੋਰਟ ਫਤੇ ਦੋ ਬੱਚੇ ਨਾ ਮੇਰੇ ਘਰ ਨਾਲ ਹੀ ਹੈ ਜੀ ਉੱਥੇ, ਮੈਂ ਕਿਹੜਾ ਭੁੱਲਿਆ ਤੇ ਹਾਂ। ਪਰ ਉਦੋਂ ਬਾਅਦ ਅਸੀਂ ਮਤਲਬ ਉਹ ਮੈਮੋਰੈਂਡਮ ਦੁਬਾਰੇ ਸਾਰੇ MLA ਨੇ, ਠੀਕ ਹੈ, ਕਿਸੇ ਨੇ ਇਹ ਫਰੀ ਦੇ ਕੰਮ ਦੇ ਵਿੱਚ ਵੀ ਜਾਣੀ ਕਿ ਸਾਡੀ ਆਵਾਜ਼ ਨਹੀਂ ਸੁਣੀ ਤੁਹਾਡੀ। ਹੁਣ ਇੱਕ ਮਿੰਟ ਆਏ ਦੱਸੋ ਵੀ ਇਹ ਸਮਾਜ ਦੀ ਲੋੜ ਨਹੀਂ ਹੈ। ਇੱਕ ਮਿੰਟ ਬਾਬਾ ਜੀ ਦਾ ਨੰਬਰ ਨੋਟ ਕਰੋ। ਅਸੀਂ ਜੀ MLA ਸਾਹਿਬ ਤੁਹਾਡੇ ਖੁੱਡੀਆਂ ਸਾਹਿਬ ਦੇ ਬੇਟਾ ਜੀ ਆਏ ਸੀ, ਉਹ ਸਾਰੇ ਪਿੰਡ ਦੇ ਨੰਬਰ ਲਿਖ ਕੇ ਲੈ ਗਏ ਸੀਗੇ। ਸਾਡੇ ਪਿੰਡ ਗੜੇ ਮੇ 2 ਮਾਰਚ ਦੇ ਹੋਏ, ਉਦੋਂ ਇੱਕ ਵਾਰੀ ਆ ਕੇ ਬਿਲਕੁਲ ਚਲੋ ਨਹੀਂ ਹੁੰਦਾ ਸਾਨੂੰ ਪਤਾ ਕੋਰਟ ਕੰਡਕਟ ਲੱਗਾ ਕੁਛ ਵੀ, ਤੁਸੀਂ ਗੇੜਾ ਦਾ ਮਾਰਦੇ ਪਿੰਡ ਦੀ ਬਾਹਰ ਜਥੇਬੰਦੀ ਦਾ ਉਗਰਾਹਾਂ ਦਾ ਧਰਨਾ ਲੱਗਿਆ ਹੋਇਆ ਸੀ, ਮੈਂ ਉਹਨਾਂ ਦੇ ਉਸ ਦਿਨ ਬੈਠੇ ਆਇਆ ਧਰਨੇ ਦੇ ਵਿੱਚ, ਹਾਂਜੀ ਠੀਕ ਹੈ, ਤੇ ਮੇਰੀ ਉਹਨਾਂ ਨਾਲ ਵੀ ਸਾਰੀ ਇਹਨਾਂ ਨਾਲ ਗੱਲਬਾਤ ਹੋਈ ਹੈ ਤੇ ਮੈਂ ਉਦਨ 3 ਵਜੇ ਦਾ ਮੇਰਾ ਟਾਈਮ ਸੀਗਾ, ਖੁੱਡੀਆਂ ਸਾਹਿਬ ਆਏ ਉਦੋਂ ਲੇਟ, ਅਸੀਂ ਪਿੰਡ ਕੱਢ ਸਕੇ 5-7 ਨੇ ਸਾਨੂੰ ਵੋਟਾਂ ਪਾ ਕੇ ਜਿੱਤਿਆ ਹੈ ਤੇ ਵੋਟਾਂ ਹੁਣ ਵੀ ਪਾਉਣਗੇ ਮੈਨੂੰ ਪਤਾ, ਪਰ ਇੱਕ ਬੇਨਤੀ ਹੈ ਵੀ ਤੁਸੀਂ ਨਾ ਸਾਡੀ ਮੰਨ ਦੇ ਮੁੰਡੇ ਤੇ ਨਹੀਂ ਪਤਾ ਕਿਵੇਂ ਮੈਂ ਸਮਝਾਉਂਦਾ। ਅਸੀਂ ਉਹਨਾਂ ਨੇ ਇੱਕ ਬੇਨਤੀ ਪੱਤਰ ਦਿੱਤਾ ਸੀ, ਮੈਂ ਤਰਕਸ਼ੀਲ ਸੋਸਾਇਟੀ ਦੀ ਤਰਫੋਂ, ਅਸੀਂ ਕਿਹਾ ਸੀ ਵੀ ਅੰਧ ਵਿਸ਼ਵਾਸਾਂ ਦੇ ਖਿਲਾਫ ਕਾਨੂੰਨ ਬਣਾਇਆ ਜਾਵੇ, ਉਹਦੇ ਤੇ ਨਾ ਤਾਂ ਕੋਈ ਸਰਕਾਰ ਦਾ ਖਰਚਾ ਹੁੰਦਾ, ਠੀਕ ਹੈ। ਇਹ ਇੱਥੋਂ ਤੱਕ ਵਧੇ ਆ ਵੀ ਬੱਚਿਆਂ ਦੀ ਬੜੀ ਹੀ ਲੈ ਰਹਿੰਦੇ ਤੇ ਕੋਰਟ ਫਤੇ 2 ਬੱਚੇ ਨਾ ਮੇਰੇ ਘਰ ਨਾਲ ਹੀ ਹੈ ਜੀ ਉੱਥੇ, ਮੈਂ ਕਿਹੜਾ ਭੁੱਲਿਆ ਤੇ ਹਾਂ। ਪਰ ਉਦੋਂ ਬਾਅਦ ਅਸੀਂ ਮਤਲਬ ਉਹ ਮੈਮੋਰੈਂਡਮ ਦੁਬਾਰੇ ਸਾਰੇ MLA ਨੇ, ਠੀਕ ਹੈ, ਕਿਸੇ ਨੇ ਇਹ ਫਰੀ ਦੇ ਕੰਮ ਦੇ ਵਿੱਚ ਵੀ ਜਾਣੀ ਕਿ ਸਾਡੀ ਆਵਾਜ਼ ਨਹੀਂ ਸੁਣੀ ਤੁਹਾਡੀ। ਹੁਣ ਇੱਕ ਮਿੰਟ ਆਏ ਦੱਸੋ ਵੀ ਇਹ ਸਮਾਜ ਦੀ ਲੋੜ ਨਹੀਂ ਹੈ। ਇੱਕ ਮਿੰਟ ਬਾਬਾ ਜੀ ਦਾ ਨੰਬਰ ਨੋਟ ਕਰੋ। ਅਸੀਂ ਜੀ MLA ਸਾਹਿਬ ਤੁਹਾਡੇ ਖੁੱਡੀਆਂ ਸਾਹਿਬ ਦੇ ਬੇਟਾ ਜੀ ਆਏ ਸੀ, ਉਹ ਸਾਰੇ ਪਿੰਡ ਦੇ ਨੰਬਰ ਲਿਖ ਕੇ ਲੈ ਗਏ ਸੀਗੇ। ਸਾਡੇ ਪਿੰਡ ਗੜੇ ਮੇ 2 ਮਾਰਚ ਦੇ ਹੋਏ, ਉਦੋਂ ਇੱਕ ਵਾਰੀ ਆ ਕੇ ਬਿਲਕੁਲ ਚਲੋ ਨਹੀਂ ਹੁੰਦਾ ਸਾਨੂੰ ਪਤਾ ਕੋਰਟ ਕੰਡਕਟ ਲੱਗਿਆ ਕੁਛ ਵੀ, ਤੁਸੀਂ ਗੇੜਾ ਦਾ ਮਾਰਦੇ ਪਿੰਡ ਦੀ ਬਾਹਰ ਜਥੇਬੰਦੀ ਦਾ ਉਗਰਾਹਾਂ ਦਾ ਧਰਨਾ ਲੱਗਿਆ ਹੋਇਆ ਸੀ, ਮੈਂ ਉਹਨਾਂ ਦੇ ਉਸ ਦਿਨ ਬੈਠੇ ਆਇਆ ਧਰਨੇ ਦੇ ਵਿੱਚ, ਹਾਂਜੀ ਠੀਕ ਹੈ, ਤੇ ਮੇਰੀ ਉਹਨਾਂ ਨਾਲ ਵੀ ਸਾਰੀ ਇਹਨਾਂ ਨਾਲ ਗੱਲਬਾਤ ਹੋਈ ਹੈ ਤੇ
ਮੈਂ ਉਸ ਦਿਨ 3 ਵਜੇ ਦਾ ਮੇਰਾ ਟਾਈਮ ਸੀਗਾ, ਖੁੱਡੀਆਂ ਸਾਹਿਬ ਆਏ ਉਹ ਤੋਂ ਲੇਟ, ਅਸੀਂ ਪਿੰਡ ਕੱਢ ਸਕੇ 5-7